ਬਠਿੰਡਾ ਜਿਹੜਾ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਭਾਗੀ ਮੰਦਰ ਤੋਂ ਆਏ ਹੋਏ ਹਾਂ। ਪਿੰਡ ਸਾਡਾ ਭਾਗੀ ਮੰਦਰ ਹੈ। 26 ਤਰੀਕ ਤੋਂ ਅਸੀਂ ਆਏ ਹੋਏ ਹਾਂ। ਜਿੱਦੇ ਦਾ ਧਰਨਾ ਲੱਗਿਆ ਮੈਂ ਉਹਦੇ 'ਤੇ ਅਸੀਂ ਬੈਠੇ ਹਾਂ। ਇੱਥੇ ਮੋਦੀ ਦੇ ਕਾਲੇ ਕਾਨੂੰਨ ਕਾਰਨ ਸਾਨੂੰ ਬਹੁਤ ਜ਼ਿਆਦਾ ਸਾਡੇ ਕਾਨੂੰਨਾਂ ਦੇ ਵਿੱਚ ਉਹਨੇ ਬਹੁਤ ਜ਼ਿਆਦਾ ਗਲਤ ਕਰ ਅਤੇ ਅਸੀਂ ਉਨ੍ਹਾਂ ਚਿਰ ਜਾਂਦੇ ਨਹੀਂ। ਅਸੀਂ ਜਿੰਨਾ ਚਿਰ ਸਾਡੇ ਇੱਕ ਤਿੰਨੋ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਇੱਥੇ ਬੈਠੇ ਹਾਂ। ਅਸੀਂ ਮੱਤ ਕੇ ਆਏ ਹਾਂ। ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਇੱਥੋਂ ਹੱਲਣ ਵਾਲੇ ਹੈ ਹੀ ਨਹੀਂ ਗਏ। ਅਸੀਂ ਅੜਵਾਈ ਗੋਲੀ ਨਹੀਂ ਕਰਦੇ। ਅਸੀਂ ਆਪਦੇ ਹੱਕ ਮੰਗਦੇ ਹਾਂ। ਅਸੀਂ ਹੱਕ ਲੈ ਕੇ ਜਾਵਾਂਗੇ। ਜੇ ਉਹਨਾਂ ਦੇ ਚਿੱਤ 'ਚ ਹੋਊਗਾ ਵੀ ਅਸੀਂ ਅੜਵਾਲੀ ਕਰਾਂਗੇ ਜਾਂ ਅਸੀਂ ਉਹਨਾਂ ਦੇ ਜ਼ਿਮੀਦਾਰਾਂ ਨੂੰ ਅਸੀਂ ਔਖੇ ਕਰਾਂਗੇ, ਸਾਨੂੰ ਔਖੇ ਹੋਣ ਦੀ ਕੋਈ ਲੋੜ ਨਹੀਂ। ਸਾਡੇ ਕੋਲ ਸਭ ਕੁਛ ਹੈ। ਸਾਰੀ ਸਬਜ਼ੀ ਤੋਂ ਲਾ ਸੁਬਹਾ ਸ਼ਾਮ ਵਧੀਆ ਸਬਜ਼ੀ ਪਰੋਸ ਕੇ ਕਰਨਾ ਹੈ। ਵਧੀਆ ਸਾਰੇ ਜ਼ਿਮੀਦਾਰ ਭਾਈ ਸਾਰੇ ਸੌਖੇ, ਸਾਨੂੰ ਕੋਈ ਤਕਲੀਫ ਨਹੀਂ ਗੀ। ਅਸੀਂ ਆਪਦੇ ਕਾਨੂੰਨ ਆਪਦਾ ਹੱਕ ਲੈ ਕੇ ਜਾਵਾਂਗੇ ਅਤੇ ਜਾਂਦੇ ਰਹਾਂਗੇ। ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ। किसान को खत्म करना है इसने, सरकार ने, और खटारा सरकार, खच्चर सरकार है, खच्चर हमारी हरियाणा की। हाँ। ते बहुत घटिया सरकार है। असी जिमींदार हूँ सड़कों के आ रहे हैं, देख लो इन माड़िया नीतियां हो रही ने सरकार दियाँ। रात बारिश के कारण कई ट्रालिया च पानी बढ़ गया, गद्दे गिले हो गए, किनिया परेशानियों का सामना कर रहे किसानों। इस इहदी जिम्मेवार मोदी सरकार, सेंटर सरकार माड़ियां नीतियां लेके आई आ। असीं चाहुंदे आ इह तिन्ने कानून रद्द होण, फिर असीं इत्थों जावांगे। असीं उरे साल दा राशन लैके आए आ, असीं नहीं जावांगे। जान बग जे साडी जान, बाकी असीं सारीयां स्टेटां इकट्ठियां आईयां, सारीयां स्टेटां सारीयां नाल लग गईयां। आ साडे भाई पंजाब तों ने, पंजाब हरियाणा यूपी राजस्थान सारीयां स्टेटां तों लोग दिनों दिन आ रहे ने। ਦਿਨੋਂ ਦਿਨ ਸੰਘਰਸ਼ ਤੇਜ਼ ਹੋਊਗਾ, ਘੱਟ ਨਹੀਂ ਹੁੰਦਾ। ਅਸੀਂ ਪੂਰਾ ਫਾਇਦਾ ਨਾਰੇ ਲਾਉਣਾ ਸਰਕਾਰ ਨੂੰ। ਇਸ ਦੀ ਕਿਉਂ ਇਹ ਦੱਬ ਜਾਣਗੇ, ਕਿਸਾਨ ਭੱਜ ਜਾਣਗੇ, ਅਸੀਂ ਦੂਰ ਰੋਕ ਦਾਂਗੇ, ਪਰ ਕਿਸਾਨ ਨਹੀਂ ਦੱਬਦੇ। ਕਿਸਾਨਾਂ ਕੋਲ ਲੰਗਰ ਦਾ ਪ੍ਰਬੰਧ ਸਾਲ ਭਰ ਦਾ ਕੋਟਾ ਵਾਧੂ ਹੈ। ਸਵੇਰੇ ਪਰੌਂਠੇ ਚੱਲਦੇ ਨੇ ਦਹੀਂ ਨਾਲ, ਕਿਸੇ ਚੀਜ਼ ਦੀ ਕਮੀ ਨਹੀਂ, ਕੋਈ ਕਮੀ ਨਹੀਂ। ਦੁੱਧ ਦੀ, ਘਿਓ ਦੀ, ਅਟੀਨ ਆਉਂਦੇ ਨੇ ਘਿਓ ਦੇ ਗੱਡੀਆਂ ਭਰ, ਕੋਈ ਕਮੀ ਨਹੀਂ। ਬਹੁਤ ਦਾਨੀ ਸੱਜਣਾ, ਬਹੁਤ ਸਾਡੇ ਭਾਈ ਉਰੇ ਜ਼ਿਮੀਦਾਰ ਆਪ ਲੰਗਰ ਲਾ ਰਹੇ ਨੇ, ਉਹਦੇ ਦਿੱਲੀ ਦੇ ਲੋਕ ਵੀ ਛਕ ਰਹੇ ਨੇ ਆ ਕੇ। ਦਿੱਲੀ ਦਾ ਵੀ ਬਹੁਤ ਸਹਿਯੋਗ ਹੈ ਸਾਨੂੰ ਲੋਕਾਂ ਦਾ, ਕਿਸਾਨਾਂ ਨੂੰ, ਹਰੇਕ ਜਾਤੀ ਦਾ, ਹਰੇਕ ਨੇ ਸਹਿਯੋਗ ਦਿੱਤਾ। ਸਭ ਧਰਮ ਸਾਰੇ ਅਸੀਂ ਇੱਕ ਹੈ, ਸਾਰਾ ਸਾਡਾ ਏਕਤਾ, ਸਾਰੇ ਸਾਰੀਆਂ ਸਟੇਟਾਂ ਸਾਰੇ ਸਾਰੇ ਲੋਕ ਨੇ ਇੱਥੇ ਇੱਕਜੁੱਟ ਹੋਏ ਬੈਠੇ ਨੇ। ਸਾਨੂੰ ਕਿਸੇ ਚੀਜ਼ ਦੀ ਸਮੱਸਿਆ ਨਹੀਂ, ਸਾਨੂੰ ਕਿਸੇ ਨਾਲ ਵੈਦ ਵਿਰੋਧ ਨਹੀਂ, ਬਸ ਸਾਨੂੰ ਸਰਕਾਰ ਨਾਲ, ਮੋਦੀ ਸਰਕਾਰ ਨਾਲ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ। ਛੇ ਮਹੀਨੇ ਲੱਗ ਗਏ, ਸਾਲ ਲੱਗ ਜਾਣਾ, ਅਸੀਂ ਤਾਂ ਮਿੱਥ ਕੇ ਆਏ ਆ ਵੀ ਬਿੱਲ ਰੱਦ ਕਰਾ ਕੇ ਜਾਣਾ ਤੇ ਰੱਦ ਕਰੇ ਬਣੇ ਜਾਣਾ। बैठे हैं सारे लोग, क्या आप लोगों को किसी तरह की दिक्कतें हो रही है यहाँ पे? कोई दिक्कत नहीं, कोई ऐसा ठंड परेशान नहीं कर रही है सब खोलने में। लोग ऐसे आए ने क्या उम्र होगी आप सबकी? क्या उम्र होगी आप सबकी? उम्र मेरी है 76 साल। आपकी? आपकी 8 साल। किस उम्र के यहाँ पे जितने भी किसान बैठे हुए हैं तकरीबन किस उम्र के होंगे सब? ਪੰਦਰਾਂ ਸਾਲ ਆਏ।
आदमी।